ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਐਵਰੀਵਨ, ਸਾਡਾ ਅੱਜ ਦਾ ਕੁਐਸਚਨ ਹੈ, ਸਾਨੂੰ ਫੰਕਸ਼ਨ ਜੋ ਹੈ ਉਹ ਡਿਫਾਈਨ ਕੀਤਾ ਗਿਆ ਹੈ ਆਰ ਟੂ ਆਰ ਰੀਅਲ ਟੂ ਰੀਅਲ ਨੰਬਰ ਤੱਕ, ਕਿਵੇਂ ਐਫ ਓਫ ਐਕਸ ਦੀ ਵੈਲਿਊ ਹੈ 3-4x। ਸੋ ਅਸੀਂ ਇਹ ਦੇਖਣਾ ਹੈ ਫੋਲੋਇੰਗ ਕੇਸ ਦੇ ਲਈ, ਅਸੀਂ ਸਟੇਟ ਕਰਨਾ ਹੈ ਕਿ ਫੰਕਸ਼ਨ 1-1 ਹੋਵੇਗਾ ਜਾਂ ਫਿਰ ਔਨ ਟੂ ਆਰ ਬਾਇਜੈਕਟਿਵ ਹੋਵੇਗਾ। ਸੋ ਜਸਟੀਫਾਈ ਕਰਨਾ ਹੈ ਆਪਣੇ ਆਂਸਰ ਨੂੰ। ਸੋ ਆਓ ਅਸੀਂ ਇਸ ਦਾ ਸੋਲਿਊਸ਼ਨ ਦੇਖਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਕੀ ਹੈ, ਫੰਕਸ਼ਨ ਗਿਵਨ ਹੈ ਆਰ ਟੂ ਆਰ, ਸੱਚ ਦੈਟ ਕਿਵੇਂ ਡਿਫਾਈਨਡ ਹੈ ਸਾਡੇ ਕੋਲ ਐਫ ਆਫ ਐਕਸ ਜੋ ਹੈ ਉਹ ਸਾਨੂੰ ਦਿੱਤਾ ਹੋਇਆ ਹੈ 3-4x ਦੇ ਬਰਾਬਰ। ਹੁਣ 1-1 ਦੇਖਣਾ ਹੈ, ਪ੍ਰੂਫ ਕਰਨਾ ਹੈ। ਉਹਦੇ ਲਈ ਲੈਟ ਕਰ ਲੈਂਦੇ ਹਾਂ ਅਸੀਂ ਕੋਈ ਵੀ x1, x2 ਬਿਲੋਂਗ ਕਰ ਰਹੇ ਨੇ ਰੀਅਲ ਨੰਬਰ ਨੂੰ। ਹੁਣ ਰੀਅਲ ਲਾਈਨ ਤੇ ਬਿਲੋਂਗ ਕਰ ਰਹੇ ਨੇ, ਐਂਡ ਇਹਦੇ ਨਾਲ ਇੱਕ ਚੀਜ਼ ਕੰਸਿਡਰ ਕਰਦੇ ਹਾਂ ਕਿ ਐਫ ਆਫ x1 ਬਰਾਬਰ ਹੈ ਐਫ ਆਫ x2 ਦੇ। ਹੁਣ ਡੈਫੀਨੇਸ਼ਨ ਤੋਂ ਦੇਖ ਕੇ ਸਾਨੂੰ ਐਫ ਐਕਸ ਦੀ ਵੈਲਿਊ ਕਿੰਨੀ ਆ ਰਹੀ, ਐਫ ਆਫ x1 ਸਾਡੇ ਕੋਲ ਆ ਜਾਏਗਾ 3-4x1, ਐਫ ਆਫ x2 ਆ ਜਾਏਗਾ 3-4x2। ਯਾਨੀ ਕਿ ਸਾਡੇ ਕੋਲ ਕੀ ਬਣ ਜਾਏਗਾ, ਇੱਥੇ ਐਫ ਆਫ x1 ਦੀ ਜਗ੍ਹਾ ਆ ਜਾਏਗਾ 3-4 ਆਫ x1 ਇਕੁਅਲਸ ਟੂ 3-4 ਆਫ x2। ਸੋ 3 ਦੇ ਨਾਲ ਇੱਥੇ 3 ਕੈਂਸਲ ਹੋ ਗਿਆ, ਕੀ ਬਚਿਆ ਸਾਡੇ ਕੋਲ, -4 ਆਫ x1 ਇਕੁਅਲਸ ਟੂ -4 ਆਫ x2। ਅਗੇਨ ਸਾਡੇ ਕੋਲ ਇੱਥੇ ਕੈਂਸਲ ਹੋ ਜਾਏਗਾ -4 -4, ਤੇ ਸਾਡੇ ਕੋਲ ਕੀ ਆ ਜਾਏਗਾ ਇੱਥੇ x1 ਇਕੁਅਲਸ ਟੂ x2। ਇਹਦਾ ਮਤਲਬ ਹੋਇਆ ਕਿ ਹਰ ਇੱਕ ਐਫ ਆਫ x1 ਜਦੋਂ ਐਫ ਆਫ x2 ਦੇ ਇਕੁਅਲ ਹੋਏਗਾ ਉਦੋਂ ਸਾਡੇ ਕੋਲ x1 x2 ਦੇ ਬਰਾਬਰ ਆ ਰਿਹਾ ਹੈ। ਇਹਦਾ ਮਤਲਬ ਇਹ ਹੋਇਆ ਕਿ ਸਾਡਾ ਫੰਕਸ਼ਨ ਜੋ ਹੈ ਉਹ ਕੀ ਹੋਇਆ, 1-1 ਹੋਇਆ। ਦੇਅਰਫੋਰ ਐਫ ਇਜ਼ 1-1। ਹੁਣ 1-1 ਤੇ ਅਸੀਂ ਦੇਖ ਲਿਆ ਕੀ ਹੈਗਾ ਹੈ। ਹੁਣ ਅਸੀਂ ਨੈਕਸਟ ਵੇਖਾਂਗੇ ਔਨ 2। ਨਾਓ ਔਨ 2 ਦੇਖਣ ਦੇ ਲਈ ਅਸੀਂ ਦੇਖ ਸਕਦੇ ਹਾਂ ਕਿ ਫੋਰ ਕੋਈ ਵੀ ਰੀਅਲ ਨੰਬਰ ਬਾਈ, ਫੋਰ ਐਨੀ ਰੀਅਲ ਨੰਬਰ, ਫੋਰ ਐਨੀ ਰੀਅਲ ਨੰਬਰ ਬਾਈ, ਇਹ ਬਾਈ ਕਿੱਥੋਂ ਆਏਗਾ, ਆਰ ਚੋਂ। ਯਾਨੀ ਕਿ ਕੋਈ ਵੀ ਬਾਈ ਜਿਹੜਾ ਕਿ ਬਿਲੋਂਗ ਕਰ ਰਿਹਾ ਹੈ ਆਰ ਨੂੰ, ਸਾਡੇ ਕੋਲ ਕੀ ਹੋਏਗਾ, ਦੇਅਰ 3-y/4 ਇਨ ਆਰ। ਮੀਨਸ ਕੋਈ ਵੀ ਬਾਈ ਜਦੋਂ ਬਿਲੋਂਗ ਕਰੇਗਾ ਆਰ ਨੂੰ ਤੇ ਸਾਡੇ ਕੋਲ ਕੀ ਹੋਏਗਾ, ਉਹਦੇ ਲਈ ਕੋਈ ਵੀ 3-y/4 ਐਗਜ਼ਿਸਟ ਕਰੇਗਾ ਆਰ ਦੇ ਵਿੱਚ, ਸੱਚ ਦੈਟ ਇਹ ਫੰਕਸ਼ਨ ਆਫ 3-y/4 ਉਹ ਕਿਹਦੇ ਬਰਾਬਰ ਆ ਜਾਏਗਾ। ਸਾਨੂੰ ਵੈਲਿਊ ਦਿੱਤੀ ਹੋਈ ਹੈ ਐਫ ਆਫ ਐਕਸ ਦੀ, ਉਹ ਹੈ 3-4 ਆਫ 3-y/4। ਇਸ ਤਰੀਕੇ ਦਾ ਆ ਜਾਏਗਾ ਬਿਕੋਜ਼ ਫੰਕਸ਼ਨ ਦੀ ਵੈਲਿਊ ਸਾਨੂੰ ਗਿਵਨ ਹੈ 3-4x। ਸੋ ਇਸ ਤਰੀਕੇ ਦਾ ਜੋ ਹੈ ਸਾਡੇ ਕੋਲ ਐਫ ਆਫ 3-y/4 ਦੀ ਵੈਲਿਊ ਆ ਜਾਏਗੀ। ਹੁਣ ਕਲੀਅਰਲੀ ਇਹ ਤਾਂ ਸਾਡੇ ਕੋਲ ਕੀ ਬਣ ਜਾਏਗਾ, ਵਾਈ ਦੇ ਹੀ ਇਕੁਅਲ ਬਣ ਜਾਏਗਾ। ਇਟ ਮੀਨਸ ਇਹੋ ਜਿਹਾ ਫੰਕਸ਼ਨ ਜੋ ਹੈ ਉਹ ਵਾਈ ਦੇ ਇਕੁਅਲ ਬਣ ਰਿਹਾ ਹੈ। ਇਟ ਮੀਨਸ ਕਿ ਸਾਡਾ ਫੰਕਸ਼ਨ ਜੋ ਹੈ ਉਹ ਕੀ ਹੋਇਆ, ਔਨ ਟੂ ਹੋਇਆ। ਦੇਅਰਫੋਰ ਐਫ ਇਜ਼ ਔਨ ਟੂ। ਸਾਡਾ ਫੰਕਸ਼ਨ 1-1 ਤੇ ਪ੍ਰੂਫ ਹੋ ਗਈ ਗਿਆ ਸੀ, ਹੁਣ ਔਨ ਟੂ ਵੀ ਪ੍ਰੂਫ ਹੋ ਗਿਆ। ਇਹਦੇ ਨਾਲ ਸਾਡਾ ਕੁਐਸਚਨ ਫਿਨਿਸ਼ ਹੁੰਦਾ। ਥੈਂਕ ਯੂ।